ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ 'ਚ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ। ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਵਿਕਾਸ ਦੇ ਮਾਮਲੇ ਵਿੱਚ ਲੁਧਿਆਣਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਉਹ ਲੁਧਿਆਣਾ ਦਾ ਵਿਕਾਸ ਕਰਨਗੇ। ਬੀਤੇ ਦਿਨੀ ਪਾਰਟੀ ਨੂੰ ਕਈ ਨੇਤਾਵਾਂ ਵੱਲੋਂ ਛੱਡੇ ਜਾਣ 'ਤੇ ਉਹਨਾਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਚੋਣ ਮੌਸਮ ਵਿੱਚ ਇਹੋ ਜਿਹੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਜਦਕਿ ਵਿਰੋਧੀਆਂ ਵੱਲੋਂ ਉਹਨਾਂ ਦੇ ਤਜੁਰਬੇ ਨੂੰ ਲੈ ਕੇ ਸਵਾਲ ਚੁੱਕਣ 'ਤੇ ਉਹਨਾਂ ਕਿਹਾ ਕਿ ਉਹਨਾਂ ਲੋਕਾਂ ਨੇ ਆਪਣੇ ਤਜੁਰਬੇ ਨਾਲ ਕਿਹੜਾ ਵਿਕਾਸ ਕੀਤਾ ਹੈ। ਗੱਲ ਹੈ ਕਿ ਮੁੱਦਿਆਂ ਦੀ ਗੱਲ ਕਰੀਏ, ਕਈ ਮੁੱਦੇ ਕੋਮਨ ਨੇ, ਕਈ ਮੁੱਦੇ ਪੰਜਾਬ ਦੇ ਅਤੇ ਲੁਧਿਆਣੇ ਦੇ, ਸਾਰੇ ਉਹ ਪੰਜਾਬ ਦੀ ਸਮੱਸਿਆ ਬਣ ਚੁੱਕੇ ਨੇ। ਬੱਚੇ ਮਾਈਗ੍ਰੇਟ ਹੋ ਰਹੇ ਨੇ, ਨਸ਼ਾ ਵੱਧ ਰਿਹਾ ਵਾ, ਲੋਕਾਂ ਨੂੰ ਬੇਰੁਜ਼ਗਾਰੀ ਦੇ ਨਾਲ ਬੱਚੇ ਡਿਪਰੈਸ਼ਨ ਵਿੱਚ ਜਾ ਰਹੇ ਨੇ ਅਤੇ ਗਲਤ ਕਦਮ ਉਠਾ ਰਹੇ ਨੇ। ਸੋ ਅਜਿਹੇ ਵਿੱਚ ਮਾਹੌਲ, ਸਮਾਜ, ਇੱਕ ਚੰਗਾ ਸਮਾਜ ਨਹੀਂ ਸਿਰਜਿਆ ਜਾ ਸਕਦਾ। ਅਤੇ ਇਸੇ ਤਰ੍ਹਾਂ ਕਿਸਾਨੀ ਦਾ ਮੁੱਦਾ ਹੈ, ਰੂਰਲ ਏਰੀਏ ਦੇ ਵਿੱਚ ਲੁਧਿਆਣੇ ਦੀ ਗੱਲ ਕਰੀਏ ਤਾਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਅਗਰ ਇੰਡਸਟਰੀ, ਇਸੇ ਤਰ੍ਹਾਂ ਸ਼ਹਿਰੀ ਏਰੀਏ ਵਿੱਚ ਆ ਜਾਈਏ ਤਾਂ ਇੰਡਸਟਰੀ ਦੇ ਇੰਡਸਟਰੀਲਿਸਟ ਵੀ ਨੇ ਬਹੁਤ, ਉਹ ਵੀ ਇੱਕ ਪੀਕ 'ਤੇ ਜਾ ਚੁੱਕੇ ਨੇ ਕਿ ਉਹਨਾਂ ਦੇ GST ਨੇ ਲੱਕ ਤੋੜਦਾ, ਉਹ ਬੜੇ ਦੁਖੀ ਨੇ। ਛੋਟਾ ਵਪਾਰੀ ਤਾਂ ਖਤਮ ਹੋ ਚੁੱਕਿਆ ਵਾ, ਖੁਦਕੁਸ਼ੀਆਂ ਵੱਧ ਰਹੀਆਂ ਨੇ, ਸ਼ਹਿਰੀ ਖੇਤਰ ਵਿੱਚ ਵੀ ਪੇਂਡੂ ਖੇਤਰ ਦੀ ਤਰ੍ਹਾਂ ਖੁਦਕੁਸ਼ੀਆਂ ਵੱਧ ਰਹੀਆਂ ਨੇ। ਸੋ ਮੈਂ ਅਪੀਲ ਕਰਨਾ ਚਾਹੁੰਦਾ ਜੋ ਲੁਧਿਆਣੇ ਦੇ ਨਿਵਾਸੀ ਨੇ ਕਿ ਇਹਨਾਂ ਮੁੱਦਿਆਂ ਨੂੰ ਅੱਗੇ ਲਿਆਉਣ ਵਿੱਚ ਮੇਰੀ ਮਦਦ ਕਰਨ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਕਰਨ। ਇੱਕ ਸਮਾਰਟ ਸਿਟੀ ਦੇ ਨਾਮ 'ਤੇ ਜੋ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ, 60 ਤੋਂ ਜ਼ਿਆਦਾ ਜੋ ਵਾਰਡ ਨੇ ਉਹਨਾਂ ਵਿੱਚ ਪਾਣੀ ਓਵਰਫਲੋ ਹੋ ਰਿਹਾ, ਪੀਣ ਦਾ ਪਾਣੀ ਸਾਫ਼ ਨਹੀਂ ਮਿਲ ਰਿਹਾ ਹੈਗਾ, ਪਾਰਕਿੰਗ ਮਾਫੀਆ ਇੱਥੇ ਬਹੁਤ ਹਾਵੀ ਹੋ ਚੁੱਕਿਆ ਵਾ। ਜੋ ਸਿਹਤ ਸੁਵਿਧਾਵਾਂ ਨੇ ਉਹਦੇ ਵਿੱਚ ਸਰਕਾਰ ਦੀ ਕੋਈ ਭਾਈਵਾਲੀ ਨਹੀਂ ਹੈ। ਇੱਕ ਸਿਵਲ ਹੌਸਪੀਟਲ ਵੀ ਉਸਨੂੰ ਅਪਗ੍ਰੇਡ ਨਹੀਂ ਕੀਤਾ ਗਿਆ, ਉਸ 'ਤੇ ਕੋਈ ਸਰਕਾਰ ਦਾ ਧਿਆਨ ਹੀ ਨਹੀਂ ਹੈ। ਪ੍ਰਾਈਵੇਟਾਈਜੇਸ਼ਨ ਕਰਕੇ ਹੈਲਥ ਇੰਡਸਟਰੀ ਦੀ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਦੇਖੋ ਜੀ, ਆਮ ਆਦਮੀ ਪਾਰਟੀ ਨੇ ਹਮੇਸ਼ਾ ਜੋ ਵੀ ਲੀਡਰ ਪਹੁੰਚੇ ਨੇ ਹੋਰ ਕਿਸੇ ਪਾਰਟੀ 'ਚ, ਉਹਨੂੰ ਮਾਣ ਸਨਮਾਨ ਦਿੱਤਾ, ਹਮੇਸ਼ਾ ਦਿੰਦੇ ਰਹਿਣਗੇ। ਪਰ ਅਗਰ ਕੈਂਡੀਡੇਟ ਉਹ ਇਲੈਕਸ਼ਨ ਲੜਨ ਤੋਂ ਬਾਅਦ ਜਾਣਾ ਚਾਹੁੰਦੇ ਨੇ ਜਾਂ ਟਿਕਟ ਦੀ ਆਸ ਕਰਦੇ ਨੇ, ਅਸੀਂ ਵਲੰਟੀਅਰ ਹੁੰਦੇ ਹੋਏ ਕਦੇ 6 ਸਾਲ ਟਿਕਟ ਦੀ ਆਸ ਨਹੀਂ ਕੀਤੀ, ਨਾ ਟਿਕਟ ਮੰਗੀ ਆ। ਸੋ ਇਹ ਅਦਲਾ ਬਦਲੀਆਂ ਚੱਲਦੀਆਂ ਰਹਿੰਦੀਆਂ ਨੇ, ਕੋਈ ਕਾਂਗਰਸੀ ਸ਼ਾਮਿਲ ਹੋ ਰਿਹਾ, ਕੋਈ ਰਾਜ ਸਭਾ ਮੈਂਬਰ ਦੀ ਪਤਨੀ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੀ ਹੈ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।